ਗੁਰੂ ਰੂਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਾਈ ਸਾ ਪਾਈ ਵੀਰ ਸਿੰਘ ਜੀ ਦੀ ਕਮੌਲਕ ਰਚਨਾ ਹੈ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਦੇ ਜੀਵਨ ਪ੍ਰਸੰਗ ਆ ਉਸ ਦਾ ਅਗਲਾ ਹਿੱਸਾ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ ਡੱਲੇ ਦੇ ਸਿੱਖ 11ਵਾਂ ਹੈ ਪ੍ਰਿਥੀ ਮਲ ਤੇ ਤੁਲਸਾ ਸ੍ਰੀ ਗੁਰੂ ਜੀ ਅਕਸਰ ਗੋਇੰਦਵਾਲ ਹੀ ਰਹਿੰਦੇ ਸਨ ਪਰ ਕਦੇ ਪ੍ਰੇਮੀਆਂ ਦੇ ਪ੍ਰੇਮ ਬੱਧੇ ਕਦੇ ਆਪੇ ਆਪਣੀ ਖੁਸ਼ੀ ਨਾਲ ਕਿਸੇ ਗ੍ਰਾਮ ਚਲੇ ਵੀ ਜਾਇਆ ਕਰਦੇ ਸਨ ਇੱਕ ਵੇਰ ਸਹਿਜ ਸੁਭਾਵਕ ਡੱਲੇ ਆ ਗਏ ਅਚਾਨਕ ਆ ਜਾਣ ਤੇ ਪਿੰਡ ਵਿੱਚ ਬੜੀ ਖੁਸ਼ੀ ਹੋਈ ਸਿੱਖ ਖਾਸ ਕਰਕੇ ਕਮਲਾ ਵਾਂਗੂ ਖੜ ਗਏ ਪਿੰਡ ਵਿੱਚੋਂ ਕਈ ਨਵੇਂ ਲੋਕ ਮਿਲਣੇ ਨੂੰ ਆਏ ਇੱਕ ਦਿਨ ਪ੍ਰਥੀਮਲ ਤੇ ਤੁਲਸਾ ਦੋ ਸੱਜਣ ਜੋ ਭੱਲੇ ਜாத ਦੇ ਖਤਰੀ ਡੱਲੇ ਵਿੱਚ ਰਹਿੰਦੇ ਸਨ ਉਹ ਆਏ ਤੇ ਮੱਥਾ ਟੇਕ ਕੇ ਬੈਠ ਗਏ ਸ੍ਰੀ ਗੁਰੂ ਜੀ ਆਓ ਭਾਈ ਸੁਖ ਸਹਿਤੋ ਤੁਲਸਾ ਜੀ ਸੁਖ ਹੈ ਆਪ ਦੇ ਮਿਲਣੇ ਨੂੰ ਆਏ ਹਾਂ ਆਪ ਵੀ ਭੱਲੇ ਹੋ ਤੇ ਅਸੀਂ ਵੀ ਭੱਲੇ ਹਾਂ ਜ਼ਾਤ ਦਾ ਮਾਣ ਦਾਵਾ ਲੈ ਕੇ ਆਏ ਹਾਂ ਗੁਰੂ ਜੀ ਆਉ ਜੀ ਜੀ ਆਇਆਂ ਨੂੰ ਪਰ ਗੁਰੂ ਦੀ ਤਾਂ ਜਾਤ ਕੋਈ ਨਹੀਂ ਪ੍ਰਿਥੀ ਮਲ ਅਚਰ ਚੋ ਕੇ ਅੱਛਾ ਜੀ ਤੁਸੀਂ ਭੱਲੇ ਨਹੀਂ ਗੁਰੂ ਜੀ ਪੱਲਾ ਪਰਮੇਸ਼ਰ ਹੈ ਭੱਲੇ ਉਸ ਦੇ ਪਿਆਰੇ ਹਨ ਮੈਂ ਤਾਂ ਉਸ ਦੇ ਦਰੋਂ ਭਲਾਈ ਦਾ ਯਾਚਕ ਹਾਂ ਪ੍ਰਿਥੀ ਦੁਨੀਆ ਵਿੱਚ ਜੇ ਆਪਣਾ ਜਾਤ ਭਾਈ ਕਿਸੇ ਮਰਤਬੇ ਤੇ ਹੋ ਜਾਵੇ ਤੇ ਉਸ ਨੂੰ ਜਾਤ ਦੀ ਵੰਗਾਰ ਜਾ ਪਾਈਏ ਤਾਂ ਕਮ ਸਵਾਰ ਦਿੰਦਾ ਹੈ ਤਵੇਂ ਅਸਾਂ ਜਾਤਾ ਜੋ ਜਾਤ ਦੀ ਵੰਗਾਰ ਪਾਇਆ ਤੁਸੀਂ ਸਾਡਾ ਅੱਗਾ ਸਵਾਰ ਦੇਵੋਗੇ ਤੁਸੀਂ ਹੋਏ ਜੋ ਅਗੋਂ ਦੇ ਮਾਲਕ ਗੁਰੂ ਜੀ ਜਾਤ ਇੱਕ ਬਨਾਉਟੀ ਵੰਡ ਹੈ ਜੋ ਇਸ ਦੁਨੀਆ ਦੀ ਸ਼ਹਿ ਜਾਤ ਨੂੰ ਲੋਕ ਕੀ ਸਰੀਰ ਨਾਲ ਜੋੜਦੇ ਹਨ ਸਰੀਰ ਇੱਥੇ ਹੀ ਰਹਿ ਜਾਂਦੇ ਹਨ ਜਾਤ ਵੀ ਸਰੀਰ ਦੇ ਨਾਲ ਹੀ ਰਹਿ ਗਈ ਅੱਗੇ ਜਾ ਕੇ ਪਤਾ ਲੱਗਦਾ ਹੈ ਕਿ ਜਾਤ ਤੇ ਜੋਰ ਕੁਝ ਮੁੱਲ ਨਹੀਂ ਰੱਖਦੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਵਾਕ ਹੈ ਅੱਗੇ ਜਾਤ ਨਾ ਜੋਰ ਹੈ ਅੱਗੇ ਜੀਉ ਨਵੇ ਜਿਨ ਕੀ ਲੇਖੇ ਪਤ ਪਵੇ ਚੰਗੇ ਸਈ ਕੇ ਭਾਈ ਜ਼ੋਰਾਵਰਾਂ ਦਾ ਜ਼ੋਰ ਚਾਹੋ ਤਨ ਬਲ ਹੋਵੇ ਚਾਹੋ ਬਾਹੂ ਬਲ ਹੋਵੇ ਤੇ ਜਾਤ அபிਮਾਨੀਆਂ ਦੀ ਜਾਤ ਦੀ ਵੱਡਤ ਦੋਏ ਚੀਜ਼ਾਂ ਅੱਗੇ ਗਿਆ ਪਤਾ ਲੱਗੇਗਾ ਕਿ ਉਥੇ ਕੁਛ ਸਵੀਕਾਰ ਨਹੀਂ ਰਖਦੀ। ਉਥੇ ਦੀ ਜੀਵਾਂ ਦੀ ਦਸ਼ਾ ਹੀ ਹੋਰ ਹੈ। ਜੋ ਸੱਚ ਮੁੱਚ ਦੇ ਚੰਗੇ ਹਨ ਜਿਨ੍ਹਾਂ ਨੇ ਆਪੇ ਨੂੰ ਇੱਥੇ ਸਵਾਰਿਆ ਹੈ ਉਥੇ ਉਹਨਾਂ ਦੀ ਪਤ ਪ੍ਰਵਾਨ ਹੁੰਦੀ ਹੈ। ਉਥੇ ਉਹੀ ਚੰਗੇ ਸਮਝੇ ਜਾਂਦੇ ਹਨ ਜੋ ਸੱਚ ਮੁੱਚ ਦੇ ਚੰਗੇ ਹੁੰਦੇ ਹਨ। ਸੋ ਤੁਸੀ ਜੇ ਅੱਗੇ ਚੱਲ ਕੇ ਸੁਖੀ ਹੋਣਾ ਚਾਹੁੰਦੇ ਹੋ ਤਾਂ ਜਾਤ ਦੇ ਦਾਵਾ ਛੋੜ ਕੇ ਆਪ ਨੂੰ ਚੰਗਾ ਬਣਾਓ ਆਪਾ ਚੰਗਾ ਸਿਮਰਨ ਨਾਲ ਬਣਦਾ ਹੈ ਇਸ ਦੇ ਲੜ ਲੱਗੇ ਸਚ ਨਾਮ ਪਤੂ ਪੁਜੈ ਕਰਮ ਨਾਮ ਕਰਤਾਰ ਇਹਨੇ ਸਿਰ ਦੇ ਜੋ ਵਸੈ ਨਾਨਕ ਨਦਰੀ ਪਾਰ ਦੇਖੋ ਭਾਈ ਗੁਰੂ ਬਾਬਾ ਫਰਮਾਉਂਦਾ ਹੈ ਸੱਚੀ ਪਤ ਸੱਚੇ ਨਾਮ ਦੁਆਰਾ ਪੈਦਾ ਹੁੰਦੀ ਹੈ ਤੇ ਮੇਰ ਦੁਆਰਾ ਨਾਮ ਤੇ ਨਾਮ ਦਾ ਯਾਨੀ ਨਾਮੀ ਕਰਤਾ ਪੁਰਖ ਮਿਲਦਾ ਹੈ ਜਦੋਂ ਦਿਨ ਰਾਤ ਉਹ ਨਾਮ ਹਿਰਦੇ ਵਿੱਚ ਵਸ ਜਾਂਦਾ ਹੈ ਤਾਂ ਨਦਰਾਂ ਕਰਨ ਵਾਲੇ ਸਾਈਂ ਦੀ ਕਿਰਪਾ ਦ੍ਰਿਸ਼ਟੀ ਨਾਲ ਭੌਜਲ ਤੋਂ ਪਾਰ ਹੋ ਜਾਂਦਾ ਹੈ ਇੱਕ ਵਾਕ ਸੁਣ ਕੇ ਉਹ ਮਾਨ ਛੱਡ ਕੇ ਸ਼ਰਨ ਪੈ ਗਏ ਤੇ ਨਾਮ ਪ੍ਰਾਪਤ ਕਰਕੇ ਸੁਖੀ ਹੋ ਗਏ 12ਵਾਂ ਹੈ ਮੱਲਣ ਦੱਲੇ ਵਿੱਚ ਇੱਕ ਮੱਲਣ ਨਾਮ ਦਾ ਬੰਦਾ ਗੁਰੂ ਜੀ ਦੀ ਸ਼ਰਣ ਆਪਿਆ ਉਸਨੇ ਕਲਿਆਣ ਹਿਤ ਪ੍ਰਾਰਥਨਾ ਕੀਤੀ ਨਾਮਦਾਨ ਦੇ ਕੇ ਉਸ ਨੂੰ ਆਗਿਆ ਹੋਈ ਕਿ ਨਾਮੀ ਪੁਰਖਾਂ ਦਾ ਸਤਸੰਗ ਕਰਨਾ ਤੇ ਉਹਨਾਂ ਦੀ ਸੇਵਾ ਕਰਨੀ ਸੰਤਾਂ ਦੇ ਸਤਸੰਗ ਕਰਨ ਨਾਲ ਨਾਮ ਦੀ ਰੁਚੀ ਵਧੇਗੀ ਤੇ ਅੰਤ ਕਲਿਆਣ ਹੋਵੇਗਾ मलण ने नाम प्राप्त करके गुरु की सेवा ते सत्संग नाल प्यार पाया ते तर गया तेरवा है रामू दीपा उगुरसैन नागौरी सारे चरण शरण आए आखण लगे दुनियादार हाँ दुनियादारी भी रहे ते कल्याण भी आ आगे होई चार घड़ी सत्संग करो ਗੁਰੂ ਕੀ ਬਾਣੀ ਵਿਚਾਰਿਆ ਕਰੋ ਤੇ ਨਾਮ ਲਿਆ ਕਰੋ ਉਗੁਰਸੈਨ ਪਾਤਸ਼ਾਹ ਚਾਰ ਕੜੀ ਨਾਲ ਕਾਜ ਸੰਵਰ ਜਾਸੀ ਜੀਉ ਜੀ ਗੁਰੂ ਜੀ ਜੇ ਢੀੜੀ ਭਾਰ ਨਾਲ ਭਰੀ ਹੋਵੇ ਪਰ ਚਾਰ ਉਂਗਲ ਪਾਣੀ ਤੋਂ ਉੱਚੀ ਰਹੇ ਤਾਂ ਪਾਰ ਲੰਘ ਜਾਂਦੀ ਹੈ ਜੇ ਨਕੋਂ ਨਕ ਭਰ ਘਤੋ ਤਾਂ ਡੁੱਬਦੀ ਹੈ ਸੋ ਜੇ ਦੁਨੀਆਦਾਰੀ ਨਾਲ ਲੱਦੇ ਚਾਰ ਘੜੀ ਵੀ ਗੁਰਬਾਣੀ ਦੇ ਵਿਚਾਰ ਵਿੱਚ گزارੋਗੇ ਤਾਂ ਸੋਝੀ ਉਪਜੇਗੀ ਫਿਰ ਤੁਸੀਂ ਅੰਮ੍ਰਿਤ ਵੇਲੇ ਜਾਗੋਗੇ ਬਾਣੀ ਸੁਣੋਗੇ ਜਾਂ ਪੜੋਗੇ ਬਾਣੀ ਨਾਮ ਦੀ ਮਹਿਮਾ ਦੱਸੇਗੀ ਨਾਮ ਜਪੋਗੇ ਇਸ ਨਾਲ ਹੌਂਤ ਰੁੱਟੇਗੀ ਵਾਹਿਗੁਰੂ ਨਾਲ ਪ੍ਰੇਮ ਪਵੇਗਾ ਫਿਰ ਵਾਹਿਗੁਰੂ ਦੇ ਜੀਵਾਂ ਪਰ ਦਇਆ ਉਪਜੇਗੀ ਗੁਰਬਾਣੀ ਤੇ ਹਰੀ ਕੀਰਤਨ ਨਾਲ ਸੁਰਤ ਵਿੱਚ ਰਸ ਉਪਜੇਗਾ ਪ੍ਰੇਮ ਵਧੇਗਾ ਐਉ ਭਾਈ ਬਾਣੀ ਦਾ ਚਾਰ ਕਾੜੀ ਦਾ ਵਿਚਾਰ ਪਾਰ ਉਤਾਰਾ ਕਰ ਦੇਵੇਗਾ ਸੁਚਾਰੇ ਗੁਰਬਾਣੀ ਦੇ ਵਿਚਾਰ ਤੇ ਨਾਮ ਦੇ ਰੱਸੀ ਹੋ ਕੇ ਤਰੇ 14ਵਾਂ ਹੈ ਮੋਹਣ RAMU ਮਹਿਤਾ ਅੰਮ੍ਰੂ ਗੋਪੀ ਇੱਕ ਦਿਨੇ ਪੰਜੇ ਮਿਲਣ ਆਏ ਆ ਕੇ ਬਿਨੇ ਕੀਤੀ ਉਹਨੇ ਕਿ ਆਪ ਦੀ ਸ਼ਰਨ ਆਏ ਹਾਂ ਸਾਡੇ ਬੰਧਨ ਕਟੋ ਗੁਰੂ ਜੀ ਜਗਿਆਸੂਆਂ ਨੂੰ ਪਛਾਣਦੇ ਸਨ ਲਖ ਗਏ ਕਿ ਪਰਮਾਰਥ ਦੇ ਖੋਜੀ ਹਨ ਚਾਹ ਪ੍ਰਾਪਤੀ ਕਾਢ ਹੈ ਨੇ ਆਖਣ ਲੱਗੇ ਭਾਈ ਬੰਦਨਾ ਦਾ ਮੂਲ ਹੈ ਹੋਮੇ ਮੁਸ਼ਕਲ ਇਹ ਹੈ ਕਿ ਇਹੀ ਹੋਮੇ ਹੀ ਜੀਵ ਦਾ ਮੂਲ ਹੈ ਇਸੇ ਆਸਰੇ ਸਾਰੇ ਚਲ ਫਿਰ ਖਾ ਪੀ ਆਪਣੀ ਆਪਣੀ ਰੱਖਿਆ ਤੇ ਵਾਦੇ ਕਰ ਰਹੇ ਹਨ ਤੇ ਇਹੀ ਵੈਗੁਰੂ ਦੇ ਰਸਤੇ ਦੀ ਰੋਗ ਬਣ ਰਹੀ ਹੈ ਵੱਡੇ ਸਤਗੁਰਾਂ ਦਾ ਫਰਮਾਨ ਹੈ ਹਉਮੈ ਇਹਾ ਜਾਤ ਹੈ ਫਿਰ ਫਰਮਾਇਆ ਹਉਮੈ ਇਹੋ ਹੁਕਮ ਹੈ ਫਿਰ ਫਰਮਾਇਆ ਹਉਮੈ ਇਹੀ ਬੰਦਨਾ ਇੱਕ ਅਣਹੋਣੀ ਬਲਾ ਹੈ ਜੋ ਹੈ ਨਹੀਂ ਤੇ ਹੈ ਵੀ ਗੁਰੂ ਬਾਬੇ ਨੇ ਫਰਮਾਇਆ ਹੈ ਇਸ ਨੂੰ ਬੁਝਣਾ ਹੈ ਹਉਮੈ ਬੁਝੇ ਇਸ ਦਾ ਬੁਝਣਾ ਹੀ ਇਸ ਨੂੰ ਮਾਰਨਾ ਹੈ ਜੇ ਇਸ ਨੂੰ ਕੋਈ ਬੁਝ ਲਵੇ ਤਾਂ ਫਰਮਾਇਆ ਹੈ ਹਉਮੈ 부ਝੇ ਤਾਂ ਦਰਸੂਝੇ ਹਾਂ ਭਾਈ ਐਉ ਸੱਚੇ ਸਾਈਂ ਦੇ ਦਰ ਦੀ ਸੋਜੀ ਪ੍ਰਾਪਤੀ ਹੁੰਦੀ ਹੈ ਗੋਪੀ ਪੁੱਛਿਆ ਦਾਤਾ ਗੁਰੂ ਜੀ ਇਹ ਕੀ ਕੂੰ 부ਝੀ ਜਾਵੇ ਤੇ ਮਰ ਕੀ ਕੂੰ ਗੁਰੂ ਜੀ ਵਰਤੋ ਵਿੱਚ ਨਿਮਰਤਾ ਤਾਰਨ ਕਰੋ ਕਠੋਰ ਵਾਕ ਨਾ ਆਖੋ ਖਟੋਰ ਵਾਕ ਸੁਣੋ ਤਾਂ ਸਹਿਨਸ਼ੀਲਤਾ ਤਾਰਨ ਕਰੋ ਸਰਬਤ ਦਾ ਭਲਾ ਚਿਤਵੇ ਕਿਸੇ ਦਾ ਬੁਰਾ ਨਾ ਕਰੋ ਆਪਣੇ ਮਨ ਵਿੱਚੋਂ ਈਰਖਾ ਘਟਾਓ ਹਟਾਓ ਸਰਬਤ ਦਾ ਭਲਾ ਚਿਤਵੋਗੇ ਤਾਂ ਅੰਦਰੋਂ ਹਉਮੈ ਕਟੇਗੀ ਵਰਤੋਂ ਵਿੱਚ ਖੁਦਗਰਜ਼ੀ ਕਟੇਗੀ ਖੁਦਗਰਜ਼ੀ ਹਉਮੈ ਦਾ ਹੀ ਸਰੂਪ ਹੈ ਜੋ ਵਰਤੋਂ ਵਿੱਚ ਪ੍ਰਗਟ ਹੁੰਦਾ ਹੈ ਗੋਪੀ ਸਤਿਗੁਰੂ ਜੀ ਇਹ ਸਮਝ ਵਿੱਚ ਗੱਲ ਆ ਗਈ ਪਰ ਅਮਲ ਵਿੱਚ ਕੀ ਕੋ ਆਵੇ ਕੀ ਕੋ ਇਸ ਸੌਮੇ ਰੂਪ ਤੋਂ ਦੁਹੇ ਦੀਆਂ ਤਾਰਾਂ ਕੱਟ ਹੋ ਜਾਣ ਗੁਰੂ ਜੀ ਇਸ ਲਗਤਾ ਲਈ ਨਾਮ ਸਿਮਰਨ ਵਿੱਚ ਆਓ ਨਾਮ ਦੀ ਕਮਾਈ ਨਾਲ ਮਨ ਆਪਣੇ ਆਪ ਨੂੰ ਸ਼ਰੀਰ ਤੋਂ ਜੁਦਾ ਲਖੇਗਾ ਇਸ ਲਗਤਾ ਨਾਲ ਸ਼ਰੀਰ ਵਿੱਚ ਜੋ ਮੂਰਖਤਾ ਦੀ ਪਕੜ ਤੇ ਮੋਹ ਹੈ ਉਹ ਹਟੇਗੀ ਫਿਰ ਨਾਮ ਨਾਲ ਬਰਤੀ ਕਰਤਾ ਪੁਰਖ ਵਿੱਚ ਲੱਗੇਗੀ। ਸ਼ਰੀਰ ਅਤੇ ਸ਼ਰੀਰ ਦੇ ਸੰਬੰਧ ਕਰਕੇ ਜੋ ਮੋਹ ਮਾਇਆ ਹੈ ਉਹ ਘਟੇਗੀ। ਇਹ ਮੋਹ ਹੀ ਹਉਮੈ ਦਾ ਕਾਰਨ ਹੈ। ਕਰਤਾ ਪੁਰਖ ਵਿੱਚ ਜਿਉਂ-ਜਿਉਂ ਲਗਨ ਵਧੇਗੀ ਹਉਮੈ ਘਟੇਗੀ, ਅੰਧੂਰ ਹੋਵੇਗੀ। ਜਿਉਂ-ਜਿਉਂ ਸਿਮਰਨ ਨਾਲ ਬਿਰਤੀ ਅੰਤਰਮੁਖ ਹੋਵੇਗੀ, ਤਿਉਂ-ਤਿਉਂ ਕਰਤਾ ਪੁਰਖ ਦੀ ਲਿਵ ਵਿੱਚ ਆਵੇਗੀ। ਜਿਉ ਜਿਉ ਹਰੀ ਕੀਰਤਨ ਹਰੀ ਜਸ ਵਿੱਚ ਮਨ ਰਸੇਗਾ ਤਿਉ ਤਿਉ ਹਰੀ ਪ੍ਰੇਮ ਵਿੱਚ ਮਗਨ ਹੋਏਗਾ ਮਾਇਕ ਰਸਾਂ ਤੋਂ ਬ੍ਰਤੀ ਉਪਰਾਮ ਹੋਵੇਗੀ ਇਉ ਹਉਮੈ ਬਿਲਾਏਗੀ ਤੇ ਕਰਤਾਰ ਵਿੱਚ ਲੀਨਤਾ ਪ੍ਰਾਪਤ ਹੋਵੇਗੀ ਇਹ ਉਪਦੇਸ਼ ਸੁਣ ਕੇ ਨਾਮ ਲੈ ਕੇ ਉਹ ਸਿੱਖ ਲਗ ਪਏ ਤੇ ਪਾਰਗ੍ਰਾਮੀ ਹੋਏ 15ਵਾਂ ਹੈ ਗੰਗੂ ਤੇ ਸਹਾਰੂ ਇੱਕ ਦਿਨ ਦੋ ਸਿਖਾ ਕੇ ਵਾਰਤਾਲਾਪ ਕਰਦੇ ਰਹੇ ਇੱਕ ਦਾ ਨਾਮ ਗੰਗੂ ਤੇ ਦੂਏ ਦਾ ਸਹਾਰੂ ਸੀ ਇਹਨਾਂ ਦੀ ਵਰਤੋ ਤੇ ਸੁਭਾਵ ਸਮਝ ਕੇ ਸਤਿਗੁਰੂ ਨੇ ਫਰਮਾਇਆ ਭਾਈ ਤੁਸੀਂ ਮੁਰਦਾ ਪ੍ਰਸਤੀ ਛੱਡੋ ਮੜੀਆਂ ਗੋਰਾ ਮਠਾਂ ਆਦੀ ਮੁਰਦੇ ਸਾਧਨਾ ਦੀ ਪੂਜਾ ਛੋੜ ਦਿਓ ਉਸ ਦੀ ਥਾਂਵੇਂ ਜਿਉਂਦਿਆਂ ਨਾਲ ਭਾਵ ਕਰੋ ਨਾਮ ਪ੍ਰੇਮੀ ਤੇ ਵਾਹਿਗੁਰੂ ਦੇ ਪਿਆਰਿਆਂ ਗੁਰਮੁਖਾਂ ਨੂੰ ਭੋਜਨ ਛਕਾਓ ਇਸ ਤਰ੍ਹਾਂ ਉਹਨਾਂ ਦਾ ਸਤਸੰਗ ਤੇ ਆਸ਼ੀਰਵਾਦ ਤੁਸਾਂ ਨੂੰ ਪ੍ਰਾਪਤ ਹੋ ਇਹ ਕਰਤਵ ਕਰਦੇ ਰਸਨਾ ਨਾਲ ਅਕਾਲ ਪੁਰਖ ਦਾ ਨਾਮ ਜਪਿਆ ਕਰੋ ਤੇ ਮਿੱਠ ਬੋਲੇ ਹੋ ਜਾਓ ਕਠੋਰ ਵਾਕ ਨਾ ਕਰਿਆ ਕਰੋ ਨਾਮ ਪਦਾਰਥ ਇੱਥੋਂ ਲੈ ਜਾਓ ਅਤੇ ਇਸ ਨੂੰ ਰਸਨਾ ਨਾਲ ਜਪਦੇ ਹਿਰਦੇ ਦੇ ਡੱਬੇ ਵਿੱਚ ਰੱਖੋ ਜਿਉਂ-ਜਿਉਂ ਰਸਨਾ ਤੋਂ ਜਪੀਂਦਾ ਇਹ ਨਾਮ ਮਨ ਵਿੱਚ ਜਾਵੇਗਾ ਲਿਵ ਦੀ ਸੂਰਤ ਬਝਦੀ ਜਾਵੇਗੀ ਲਿਵ ਲੱਗ ਗਈ ਤਾਂ ਕਰਤਾਰ ਨੂੰ ਜਾ ਮਿਲੇਗੀ ਕਲਿਆਣ ਹੋ ਜਾਏਗੀ ਇਸ ਤਰ੍ਹਾਂ ਉਪਦੇਸ਼ ਸੁਣ ਕੇ ਤੇ ਨਾਮ ਲੈ ਕੇ ਦੁਇ ਨਾਮ ਪ੍ਰੇਮੀ ਹੋ ਗਏ 16ਵਾਂ ਹੈ ਖਾਨੂ ਛੁਰਾ ਦੀ ਨਾਮਦਾਨ ਤਾਂ ਹਰ ਸਿੱਖ ਨੂੰ ਮਿਲਦਾ ਸੀ ਵਣੀ ਦਾ ਅਭਿਆਸ ਤੇ ਪੜਨ ਸੁਣਨ ਦੀ ਦਾਤ ਨਾਲ ਮਿਲਦੀ ਸੀ ਪਰ ਕੁਛ ਨਾ ਕੁਛ ਹੋਰ ਉਪਚਾਰ ਸ਼ੁਭ ਕਰਤਵ ਦਾ ਵੀ ਨਾਲ ਦਿੱਤਾ ਜਾਂਦਾ ਸੀ ਜਿਸ ਨਾਲ ਅਮਲੀ ਤੌਰ ਤੇ ਹਉਮੈ ਕਾਟੇ ਤੇ ਜੀਵ ਦਇਆ ਹਿਰਦੇ ਆ ਵਸੇ ਪਰਸਪਰ ਵਰਤਾਵ ਇਨਸਾਨ ਦਾ ਇਨਸਾਨ ਨਾਲ ਹਿਤ ਵਾਲਾ ਹੋਵੇ ਤਾਂ ਜੋ ਭਾਈਚਾਰਕ ਜੀਵਨ ਵੀ ਨਾਲ ਹੀ ਸੁਖਦਾਈ ਹੋ ਜਾਵੇ ਇੱਕ ਦਿਨ ਖਾਨੂ ਛੁਰਾ ਤਾਰੂ ਵੇਗਾ ਪਾਸੀ ਉਗਰੂ ਨੰਦੂ ਸੂਦਨਾ ਪੂਰੋ ਤੇ ਝੰਡਾ ਆਚਰਨੀ ਲਗੇ ਇਹਨਾਂ ਨੂੰ ਉੱਪਰਲਾ ਉਪਦੇਸ਼ ਹੋ ਕੇ ਇਹ ਤਾਕੀਦ ਹੋਈ ਕਿ ਗੁਰਸਿੱਖਾਂ ਦੀ ਜੋ ਲੋੜਵੰਦ ਹੋਣ ਸੇਵਾ ਕਰਨੀ ਭੁੱਖੇ ਨੂੰ ਪ੍ਰਸ਼ਾਦ ਛਕਾ ਕੇ ਛਕਣਾ ਗੁਰਸਿੱਖ ਨਾਮ ਪ੍ਰੇਮੀ ਹੁੰਦੇ ਹਨ ਨਾਮ ਪ੍ਰੇਮੀ ਦੀ ਅਸੀਸ ਜਗਤ ਵਿੱਚ ਵੀ ਬਰਕਤ ਪਾਉਂਦੀ ਹੈ ਤੇ ਨਾਮ ਬਾਣੀ ਵਿੱਚ ਸਫਲਤਾ ਲਾਉਂਦੀ ਹੈ ਤਾਰਵਾਂ ਹੈ ਮਲਿਆ ਤੇ ਸਹਾਰੂ ਛੀਂਬੇ ਇਸੇ ਤਰ੍ਹਾਂ ਮਲਿਆ ਤੇ ਸਹਾਰੂ ਛੀਂਬੇ ਦੋਵੇਂ ਉਪਦੇਸ਼ ਲੈਣ ਆਏ ਨਾਮ ਬਾਣੀ ਦੀ ਦਾਤ ਮਿਲਣ ਪਰ ਉਹਨਾਂ ਨੂੰ ਤਾਕੀਦ ਹੋਈ ਕਿ ਲੋੜਵੰਦ ਸਿੱਖਾਂ ਦੇ ਬਸਤਰ ਸੀਂ ਦੀ ਧੋਦਿਆ ਕਰਨੇ ਪੈਸੇ ਨਾ ਲੈਣੇ ਉਹਨਾਂ ਦੀ ਅਸੀਸ ਨਾਲ ਤੁਸੀਂ ਉੱਜਲ ਹੋਵੋਗੇ ਨਾਮ ਸਿਮਰਨ ਵਿੱਚ ਬਰਕਤ ਪਵੇਗੀ ਤੁਸੀਂ ਬਸ ਤਰ੍ਹਾਂ ਦੀ ਮੈਲ ਕੱਢੋਗੇ ਉਹਨਾਂ ਦੀ ਅਸੀਸ ਤੁਹਾਡੀ ਮਨ ਦੀ ਮੈਲ ਕੱਢੇਗੀ 18ਵਾਂ ਹੈ ਬੂਲਾ ਬੂਲਾ ਨਾਮੇ ਇੱਕ ਪਾਂਦਾ ਸੀ ਪੜਿਆ ਹੋਇਆ ਗੁਰੂ ਸ਼ਰਨ ਆ ਕੇ ਨਾਮ ਦਾ ਧਾਰਨੀ ਹੋ ਗਿਆ ਉਸਨੇ ਬੇਨਤੀ ਕੀਤੀ ਕਿ ਆਪ ਜੀ ਸੇਵਾ ਦੀ ਆਗਿਆ ਸਿੱਖਾਂ ਪ੍ਰਤੀ ਕਰਦੇ ਹੋ ਮੈਂ ਬ੍ਰਾਹਮਣ ਹਾਂ ਮੈਂ ਤੁਹ ਸੇਵਾ ਕੋਈ ਨਹੀਂ ਲੈਂਦਾ ਗੁਰੂ ਜੀ ਨੇ ਫਰਮਾਇਆ ਤੇਰੀ ਸੇਵਾ ਤੇਰੀ ਯੋਗਤਾ ਅਨਸਾਰ ਹੈ ਤੂੰ ਪੜਿਆ ਲਿਖਿਆ ਹੈ ਤੇਰੀ ਸੇਵਾ ਇਸੇ ਵਿੱਚ ਹੀ ਲੁਕੀ ਪਈ ਹੈ ਗੁਰਬਾਣੀ ਲਿਖਿਆ ਕਰ ਤੇ ਗੁਰਸਿੱਖਾਂ ਲੋੜਵੰਦਾਂ ਨੂੰ ਦੇ ਦਿਆ ਕਰ ਕਿਸੇ ਤੋਂ ਮੁੱਲ ਕੇ ਲਿਖਾਈ ਦੀ ਕੀਮਤ ਨਾ ਲਿਆ ਕਰ ਜੇ ਕੋਈ ਆਪੇ ਹਿਤ ਨਾਲ ਦੇ ਜਾਵੇ ਤਾਂ ਲੈ ਲਿਆ ਕਰੀ ਤੇਰੀ ਗੁਜ਼ਰਾਨ ਵੀ ਟੁਰੀ ਰਹੇਗੀ ਹੋਰ ਤੇਰੀ ਸੇਵਾ ਇਹ ਹੈ ਕਿ ਗੁਰਬਾਣੀ ਤੂੰ ਪੜਦਾ ਹੈ ਜੇ ਤੂੰ ਅਰਥ ਵਿਚਾਰ ਸਿੱਖੀ ਹੈ ਸੋ ਗੁਰਬਾਣੀ ਦੀ ਕਥਾ ਕਰਿਆ ਕਰ ਗੁਰੂ ਦੇ ਪ੍ਰੇਮ ਵਿੱਚ ਕਥਾ ਕਰਨੀ ਵਿਦਿਆ ਦੀ ਚਾਤਰੀ ਦਸਣ ਲਈ ਨਹੀਂ ਜੇ ਚਾਤਰੀ ਦਸਣ ਲਈ ਕਰੋਗੇ ਤਾਂ ਹਉਮੈ ਵਧੇਗੀ ਗੁਰਬਾਣੀ ਦੀ ਕਥਾ ਹਰੀ ਦਾ ਜਸ ਕਰਨਾ ਹੈ ਸਾਈਂ ਦਾ ਜਸ ਕਰਨੇ ਨਾਲ ਹਉਮੈ ਉਤਰਦੀ ਹੈ ਕਥਾ ਵੀ ਭਾਈ ਸਾਈਂ ਦਾ ਗੁਣ ਗਾਏਨ 19ਵਾਂ ਹੈ ਡੱਲੇ ਤੋਂ ਵਿਦਾਇਗੀ ਡੱਲੇ ਤੋਂ ਟੁਰਨ ਤੋਂ ਪਹਿਲੇ ਡੱਲੇ ਵਾਸੀਆਂ ਪ੍ਰਤੀ ਸਾਂਝਾ ਉਪਦੇਸ਼ ਹੋਇਆ ਕਿ ਨਾਮ ਬਾਣੀ ਕੀਰਤਨ ਦੇ ਨਾਲ ਸੰਕਰਾਂਤ ਮਸਿਆ ਤੇ ਗੁਰਪੁਰਬ ਨੂੰ ਉਤਸ਼ਾਹ ਕੀਤਾ ਕਰੋ ਕੀਰਤਨ ਕਰੋ দান ਦਿਓ ਕੜਾ ਪ੍ਰਸ਼ਾਦ ਕਰਕੇ ਅਰਦਾਸਾ ਕਰਕੇ ਵਰਤਾਓ ਇੱਕ ਦੂਜੇ ਦੀ ਸਹਾਇਤਾ ਕਰੋ ਸਦਾ ਸਤ ਗੁਣਾਂ ਨੂੰ ਧਾਰਨ ਕਰੋ ਡੱਲਾ ਗੋਇੰਦਵਾਲ ਤੋਂ ਬਹੁਤ ਦੂਰ ਨਹੀਂ ਸੀ ਪਰ ਪ੍ਰੇਮੀ ਸਿੱਖ ਵੀ ਵਿਛੜਣ ਵੇਲੇ ਵੈਰਾਗਵਾਨ ਹੋ ਗਏ ਸਤਿਗੁਰੂ ਜੀ ਸਭ ਨੂੰ ਪਿਆਰ ਦਿਲਾਸਾ ਦਿੰਦੇ ਅਸੀਸਾਂ ਨਾਲ ਨਿਹਾਲ ਕਰਦੇ ਤੁਰ ਪਏ ਤੇ ਮੁੜ ਅ ਗੋਇੰਦਵਾਲ ਨੂੰ ਭਾਗ ਲਾਏ ਵੀਵਾ ਹੈ ਪਿਖਾ ਸultanpur ਵਿੱਚ ਇੱਕ ਬਾਟ ਰਹਿੰਦਾ ਸੀ ਜੋ ਚੰਗਾ ਵਿਦਵਾਨ ਕਵੀ ਉੱਚ ਆਚਰਣੀ ਤੇ ਵਿਰਾਗੀ ਛੋ ਵਾਲਾ ਸੀ ਇਸ ਦਾ ਨਾਮ ਸੀ ਪਿਖਾ ਇਸ ਸੰਸਾਰ ਵਿੱਚ ਮਾਨੋਖਾਂ ਦੀ ਵਰਤੋਂ ਵਿੱਚ ਨੇਕੀ ਦੇ ਬਦਲੇ ਬਦੀ ਭਲਿਆਂ ਦੀ ਸਰਲਤਾ ਤੋਂ ਲਾਭ ਲੈਣ ਲਈ ਵਿਸਹਾਕਾ ਤੇ ਕਪੜ ਛਲ ਦੇਖ ਦੇ ਉਦਾਸ ਹੁੰਦਾ ਵੈਗਰੂ ਦੇ ਮਿਲਾਬ ਦੀ ਸਿੱਖ ਵਿੱਚ ਅਪੜ ਪਿਆ ਅੰਤ ਉਦਾਸ ਹੋ ਕੇ ਕਾਰਬਾਰ ਦਾ ਤਿਆਗ ਕਰਕੇ ਦੇਸ਼ਾਂਟਨ ਨੂੰ ਨਿਕਲ ਪਿਆ ਤੀਰਥਾਂ ਪਰ ਗਿਆ ਜਿੱਥੇ ਜਿੱਥੇ ਪੰਡਤ ਸਾਧੂ ਸੰਤ ਸੰਨਿਆਸੀ ਵਿਰਾਗੀ ਸੁਣੇ ਉਥੇ ਉਥੇ ਪੁੱਜ ਕੇ ਗਿਆ ਤੇ ਸਤਸੰਗ ਕੀਤੇ ਅੰਤ ਉਸ ਨੂੰ ਇੱਕ ਗੁਰਸਿੱਖ ਮਿਲ ਪਿਆ ਉਸ ਦੀ ਕਰਨੀ ਰਹਿਣੀ ਸਰਲਤਾ ਤੇ ਸਹਿਜ ਰੰਗ ਵਿੱਚ ਕਾਲਾ ਦੇਖ ਕੇ ਪੁੱਛਣਾ ਕੀਤੀ ਉਸ ਉਸ ਨੇ ਸਤਗੁਰੂ ਜੀ ਦਾ ਪਤਾ ਦਿੱਤਾ ਸਤਗੁਰੂ ਦਾ ਜਸ ਸੁਣ ਕੇ ਉਹ ਅਚਰਜ ਹੋ ਗਿਆ ਕਿ ਮੇਰੇ ਤੇ ਸਤਗੁਰ ਦੇ ਵਸੇਬੇ ਵਿੱਚ ਕਾਏ ਇੱਕ ਬਿਆਸਾ ਨਦੀ ਦਾ ਪਾਰ ਸੀ ਤੇ ਮੈਂ ਕਿੱਥੇ ਦੇਸ਼ ਪਰਦੇਸ ਭਾਲ ਦਾ ਤੇ ਰੁਲਦਾ ਫਿਰਿਆ ਮੈਨੂੰ ਕਿਉਂ ਪਹਿਲੋਂ ਸੋਜੀ ਨਾ ਪਈ ਪਰ ਪਹਿਲੇ ਤਜਰਬੇ ਸਾਰੇ ਮਾੜੇ ਹੋਏ ਸਨ ਇਸ ਲਈ ਸੋਚੀ ਪੈ ਗਿਆ ਫਿਰ ਪ੍ਰਾਰਥਨਾ ਕੀਤੀ ਉਸਕੇ ਹੈ ਭਗਵਾਨ ਮੈਂ ਗੋਇੰਦਵਾਲ ਗੁਰੂ ਕੀ ਸ਼ਰਨ ਜਾਵਾਂ ਕਿਨਾਂ ਉਸ ਹਾਲਤ ਵਿੱਚ ਜੁੜ ਗਿਆ ਤੇ ਸਹਿਨ ਚੱਲਣੇ ਦੀ ਪ੍ਰਤੀ ਦਿੱਤੀ ਸੋ ਦੇਸ਼ ਨੂੰ ਮੁੜ ਪਿਆ ਤੇ ਗੁਰੂ ਦਰਬਾਰ ਪਹੁੰਚਿਆ ਲੰਗਰ ਦਾ ਪ੍ਰਸ਼ਾਦ ਛੱਕ ਕੇ ਹਾਜ਼ਰ ਹੋਇਆ ਦਰਸ਼ਨ ਦੇਖ ਕੇ ਜੀ ਠਰ ਗਿਆ ਫਿਰ ਪ੍ਰਸ਼ਨ ਉੱਤਰ ਕੀਤੇ ਦਿਲ ਦੇ ਸੰਸੇ ਕਏ ਉੱਤਰ ਸੁਣੇ ਤਤ ਪੁਰਾਣੇ ਖਿਆਲ ਉਖੜੇ ਨਵਾਂ ਉਤਸ਼ਾਹ ਪਰ ਗਿਆ ਨਾਮ ਦੀ ਮਹਮਾਤਿ ਗੁਰੂ ਵਿਅਕਤੀ ਵਿੱਚ ਨਾਮ ਦੇ ਪ੍ਰਤੱਖ ਪ੍ਰਭਾਵ ਨਾਲ ਪ੍ਰਭਾਵਿਤ ਹੋ ਕੇ ਚਰਨ ਸ਼ਰਨ ਪੈ ਗਿਆ ਸਤਿਗੁਰ ਦਿਆਲ ਨੇ ਨਾਮਦਾਨ ਦਿੱਤਾ ਭਿਖੇ ਨੂੰ ਨਵਾਂ ਜੀਵਨ ਪ੍ਰਾਪਤ ਹੋ ਗਿਆ ਨਿਰਾ ਨਾਮ ਨਾਮਾਤਰ ਸੰਗਿਆਮਾਤਰ ਨਾ ਨਾਮ ਪਦਾਰਥ ਬਖਸ਼ਿਆ ਭਿਖੇ ਨੂੰ ਨਾਮ ਰਤਨ ਲੱਭ ਪਿਆ ਭਿਖਾ ਭਿਖਾਰੀ ਨਾ ਰਹਾ ਨਾਮ ਧਨ ਵਾਲਾ ਹੋ ਗਿਆ ਉਸਦੀ ਆਤਮਾ ਵਿੱਚ ਆਤਮ ਉਤਸ਼ਾਹ ਜਾਗ ਪਿਆ ਆਤਮ ਵਸਤੂ ਜੋ ਮਨ ਦੀ ਸੰਸੇ ਬਿਰਤੀਆਂ ਦੇ ਵਿਖੇਪ ਆਵਰਣ ਵਿੱਚ ਵਿਆਪਕ ਸੀ ਚਮਕਾਰਾ ਮਾਰ ਉਠੀ ਜੀਵਨ ਪਦ ਪ੍ਰਾਪਤ ਹੋ ਗਿਆ ਜੀਵਨ ਤਤ ਬ੍ਰਹਮ ਤਤ ਦੀ ਛੋਹ ਵਿੱਚ ਆ ਕੇ ਸੱਤੇ ਸਰੂਪ ਨੂੰ ਪ੍ਰਾਪਤ ਹੋ ਗਿਆ ਵਿਖਾ ਫਿਰ ਸੁਲਤਾਨਪੁਰ ਆਪਣੇ ਘਰ ਜਾ ਰਿਹਾ ਤੇ ਵਾਹਿਗੁਰੂ ਪ੍ਰੇਮ ਵਿੱਚ ਵੱਧਦਾ ਗੁਰਮੁਖ ਜੀਵਨ ਬਸਰ ਕਰਦਾ ਇਸ ਕਵੀ ਨੇ ਆਪਣਾ ਨਿੱਜ ਦਾ ਕੀਤਾ ਤਜਰਬਾ ਤੇ ਪ੍ਰਾਪਤੀ ਏਠ ਲਿਖੇ ਦੋ ਸਵਈਆਂ ਵਿੱਚ ਦਿੱਤੀ ਹੈ। ਇਹ ਸਵਈਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਹਨ। ਇੱਕ ਸਵਈਏ ਵਿੱਚ ਆਪਣੀ ਹਾਨ ਤੇ ਤਲਾਸ਼ ਦਾ ਇਉਂ ਜ਼ਿਕਰ ਕਰਦਾ ਹੈ। ਰਯੋ ਸੰਤ ਹਉ ਟੋਲ ਸਾਦ ਬੋ ਤੇਰੇ ਡਿਠੇ। ਸੰਿਆਸੀ ਤਪਸੀਏ ਮੁਖੋਂ ਇਹ ਪੰਡਤ ਮਿਠੇ। बरस एक हों फिरे किने परचो लायो कहती है कहती सुनी रहत को खुशी न आयो हर नाम छोड़ दूजे लगे तिनके गुण हों क्या कहूँ गुर दिलायो भिख्या जिव तू रखें तिव रहो एक और सवैये वे जो कुछ गुरु तो प्राप्त तो होया उसकी मानो तस्वीर खिंच के दसता है गुर ज्ञान अरत्यान तत्स्यों तत् मिलावे सच सच जानी है इक चित्तै लावे काम क्रोध करे पवन उडंत तावे निरंकार के वसे दे सोकम बोझ पावे कल कलमै रूप करता पुरुख सो जाने जिन कियो गुर मिलियो सोए पिखा कहे सहज रंग दर्शन दियो ਅਖੀਰਲੀ ਤੁਕ ਵਿੱਚ ਕੈਸਾ ਸਾਫ਼ ਨਿਜਦਾ ਤਜਰਬਾ ਦੱਸਿਆ ਹੈ ਵਿਖਾ ਕਹਿੰਦਾ ਹੈ ਮੈਨੂੰ ਉਹ ਗੁਰੂ ਮਿਲਿਆ ਹੈ ਜਿਸ ਦੀ ਮੈਮਾ ਮੈਂ ਉੱਪਰ ਕਹੀ ਹੈ ਮੈਨੂੰ ਸਹਜ ਦੇ ਰੰਗ ਵਿੱਚ ਦਰਸ਼ਨ ਦਿੱਤਾ ਹੈ ਸੁ ਭਾਵ ਇਹ ਕਿ ਸਹਜ ਅਵਸਥਾ ਵਿੱਚ ਪਹੁੰਚਾ ਦਿੰਦਾ ਹੈ ਗੁਰੂ ਨੇ ਇਸੇ ਪ੍ਰਕਾਰ ਜਿਨ੍ਹਾਂ ਪੱਟਾਂ ਦੇ ਸਵਈਏ ਹਨ ਉਹਨਾਂ ਦੀ ਕੋਖ ਨਾਲ ਵਿਚਾਰ ਦੱਸਦੀ ਹੈ ਕਿ ਇਹ ਵਿਦਵਾਨ ਚਰਨ-ਚਰਨ ਆ ਕੇ ਗੁਰੂ ਜੀ ਦੀ ਅਹੂਲੀਅਤ ਈਸ਼ਵਰਤਾ ਦੀ ਅੱਖੀ ਦੇਖੀ ਸਾਖ ਪਰ ਰਹੇ ਹਨ ਤੇ ਆਪਣੇ ਤਜਰਬੇ ਤੋਂ ਗੁਰੂ ਭਾਵਨਾ ਵਿੱਚ ਆਏ ਹੋਏ 21ਵਾਂ ਹੈ ਬਾਵਲੀ ਆਰੰਭ ਸ੍ਰੀ ਗੁਰੂ ਜੀ ਉਂਤਾਂ ਨਿਜਾਨੰਦ ਵਿੱਚ ਮਗਨ ਰਿਹਾ ਕਰਦੇ ਸਨ ਪਰ ਓਕਾਰ ਜੋ ਹੁਕਮ ਸੀ ਸਤਗੁਰ ਦਾ ਕੇ ਪਾਰ ਬ੍ਰਹਮ ਕਾ ਪੰਥ ਕਰਨਾ ਉਹ ਸਦਾ ਯਾਦ ਰਹਿੰਦਾ ਸੀ ਇਸ ਲਈ ਜੋ ਆਵੇ ਨਾਮਦਾਨ ਨਾਲ ਵਰਸਾਇਆ ਜਾਂਦਾ ਸੀ ਇਸ ਆਤਮਦਾਨ ਤੋਂ ਸਿਵਾ ਗਰੀਬਾਂ ਲੋੜਵੰਦਾਂ ਦੀਆਂ ਥੋੜਾਂ ਵੀ ਪੂਰਨ ਹੁੰਦੀਆਂ ਸਨ ਆਏ ਗਏ ਲਈ ਲੰਗਰ ਜਾਰੀ ਰਹਿੰਦਾ ਸੀ ਗੋਇੰਦਵਾਲ ਪੱਤਣ ਦਾ ਸ਼ਹਿਰ ਹੋਣ ਕਰਕੇ ਅਤੇ ਪੱਤਣ ਵੀ ਛਾਈ ਸੜਕ ਦਾ ਹੋਣ ਕਰਕੇ ਲੋਕਾਂ ਤੇ ਮੁਸਾਫਰਾਂ ਦਾ ਇਸ ਥਾਂ ਤੋਂ ਲਾਂਗਾ ਬਹੁਤ ਸੀ ਗੁਰੂ ਕਾ ਲੰਗਰ ਸਭ ਲਈ ਖੁੱਲਾ ਸੀ ਬਿਨਾਂ ਜ਼ਾਤ ਪਾਤ ਧਰਮ-ਦੀਨ ਪੁੱਛੇ ਦੇ ਅਨਦਾਨ ਹੁੰਦਾ ਰਹਿੰਦਾ ਸੀ ਸੰਗ ਤਾਂ ਜੋ ਕੁਛ ਲਿਆਉਂਦਿਆਂ ਐਉਂ ਖਰਚ ਹੁੰਦਾ ਸਫਲ ਹੁੰਦਾ ਰਹਿੰਦਾ ਸੀ ਗੋਇੰਦਵਾਲ ਆਪ ਦੇ ਟਿਕ ਜਾਣ ਕਰਕੇ ਵੀ ਵਧੀਰੀ ਰੌਣਕ ਫੜ ਗਿਆ ਸੀ ਸੰਗਤਾਂ ਦੀ ਵੀ ਰੌਣਕ ਰਹਿਂਦੀ ਸੀ ਤੇ ਮੁਸਾਫਰਾਂ ਦੀ ਭੀੜ ਭੜਾਕਾ ਵੀ ਥੋੜ੍ਹਾ ਰਹਿੰਦਾ ਸੀ ਤਾਂ ਮਕਾਨੀਅਤ ਦੀ ਤੇ ਕਈ ਵੇਰ ਖੂ ਘਟ ਹੋਣ ਕਰਕੇ ਪਾਣੀ ਦੀ ਥੁੜ੍ਹ ਵੀ ਹੋ ਜਾਂਦੀ ਸੀ ਜੈ ਨਦੀ ਪਾਸ ਵਗਦੀ ਸੀ ਪਰ ਨਦੀ ਦਾ ਪਾਣੀ ਗੰਦਲਾ ਹੋਣ ਕਰਕੇ ਬਿਨਾਂ ਯਤਨ ਪੀਣ ਦੇ ਅਰਥ ਨਹੀਂ ਆਉਂਦਾ ਸੀ ਸ੍ਰੀ ਗੁਰੂ ਜੀ ਨੇ ਸਲਾਹ ਕੀਤੀ ਕਿ ਇੱਕ ਵੱਡਾ ਖੂਲ ਆਇਆ ਜਾਵੇ ਜਿਸ ਦਾ ਜਲ ਅਟੁੱਟ ਹੋਵੇ ਹਰਟ ਵੀ ਚੱਲਣ ਮਾਨੁਖ ਮਾਲ ਡੰਗਰ ਨੂੰ ਵੀ ਪਾਣੀ ਮਿਲ ਸਕੇ ਇਸ਼ਨਾਨ ਨੂੰ ਵੀ ਖੁੱਲਾ ਮਿਲੇ ਤੇ ਇਹੋ ਟਿਕਾਣਾ ਭੋਜਨ ਪਾਠ ਪੂਜਾ ਲਈ ਵੀ ਸੁਹਾਵਣੀ ਠੰਡ ਵਾਲਾ ਹੋਵੇ ਇਸ ਲਈ ਆਪ ਜੀ ਨੇ ਇੱਕ ਵੱਡੇ ਪੈਮਾਨੇ ਦੀ ਬਾਉਲੀ ਦਾ ਉਦਮ ਕੀਤਾ ਜੋ ਇੱਕ ਪਾਸੇ ਤਾਂ ਖੂਹ ਵਾਂਗੂ ਖੂਹ ਹੋਵੇ ਤੇ ਉਸ ਪਰ ਹਰੜ ਚੱਲੇ ਚਾਹੇ ਦੋ ਤਰੇ ਹਰੜ ਵੀ ਚਲ ਪੈਣ ਤੇ ਐਉ ਮਾਨੁੱਖਾਂ ਡੰਗਰਾਂ ਦੇ ਪੀਣ ਲਈ ਇਸ਼ਨਾਨ ਲਈ ਤੇ ਬਾਗ ਬਗੀਚੇ ਲਈ ਖੁੱਲਾ ਜਲ ਮਿਲੇ ਦੂਜੇ ਪਾਸੇ ਵਿਸ਼ਾਲ ਪੌੜੀਆਂ ਦੁਆਰਾ ਜਲ ਤੱਕ ਪਹੁੰਚ ਹੋਵੇ ਇਨਾ ਪੌੜੀਆਂ ਤੇ ਬੈਠਿਆ ਜਾ ਸਕੇ ਤੇ ਖੂਹ ਦੀ ਠੰਡ ਤੇ ਤਰਾਵਤ ਨਾਲ ਇੱਥੇ ਮੌਸਮ ਸੁਹਾਵਣਾ ਰਹੇ ਪੌੜੀਆਂ ਖੁਲੀਆਂ ਹੋਣ ਇੱਥੇ ਬੈਠ ਕੇ ਭਜਨ ਹੋ ਸਕੇ ਸਮਾਦੀ ਲੱਗ ਸਕੇ ਕਵੀ ਜੀ ਲਿਖਦੇ ਹਨ ਧਰਮ ਤੁਰੰਦਰ ਅਮਰ ਗੁਰ ਸਦਾ ਚਹਤ ਉਪਕਾਰ ਰਚਵੇਂ ਤੀਰਥ ਬਾਉਲੀ ਸਿੱਖਿਆਨ ਹੋਤ ਉਦਾਰ ਇਹ ਸਭ ਕਾਰਜ ਦੇ ਆਰੰਭ ਕਰਨ ਲਈ ਭਾਈ ਪਾਰੋ ਨੇ ਸਿੱਖਾ ਸੰਗਤਾਂ ਵੱਲ ਹੁਕਮਨਾਮੇ ਲਿਖੇ ਤੇ ਦੂਰ ਨੇੜੇ ਤੋਂ ਗੁਰੂ ਸਿਖਾ ਜੁੜੇ ਰਵਾਇਤ ਹੈ ਕਿ ਕਤਕ ਦੀ ਪੁੰਨਿਆਂ ਵਾਲੇ ਦਿਨ ਇਹ ਕਾਰਜ ਆਰੰਭਿਆ ਗਿਆ ਤਵਾਰੀ ਖਾਲਸਾ ਵਿੱਚ ਇਸ ਸੰਮਤ 1616 ਲਿਖਿਆ ਹੈ ਬੰਸਾਵਲੀ ਨਾਮੇ ਵਿੱਚ ਇਸ ਸੰਮਤ 1613 ਬਿਕਰਮੀ ਦਿੱਤਾ ਹੈ ਜਿਸ ਥਾਂ ਨੂੰ ਗੁਰੂ ਜੀ ਨੇ ਠੀਕ ਸਹੀ ਕੀਤਾ ਸੀ ਉਹ ਮੁੱਲੀਤੀ ਗਈ ਤੇ ਸੰਗਤਾਂ ਦੇ ਭਾਰੀ ਸੰਗਠਨ ਵਿੱਚ ਭਾਈ ਬੁੱਢੇ ਜੀ ਦੇ ਹੱਥੀਂ ਟੱਕ ਲਵਾ ਕੇ ਕਾਰ ਆਰੰਭੀ ਗਈ ਜੈਸਾ ਕਿ ਲਿਖਿਆ ਹੈ ਸਤਗੁਰ ਖਰੇ ਕਰਾਵਤਕਾਰ ਸੰਗਤ ਕਰੇ ਚੋਪ ਚਿਤਤਾਰ ਸੂਰਜ ਪ੍ਰਕਾਸ਼ ਇਸ ਪ੍ਰਕਾਰ ਬਾਉਲੀ ਦੀ ਸੇਵਾ ਟਰਪਈ ਸੰਗਤਾਂ ਪ੍ਰੇਮ ਨਾਲ ਕਾਰ ਕਰਦੀਆਂ ਸਨ ਪਰ ਨਾਲ ਮਜ਼ਦੂਰੀ ਲੈ ਕੇ ਸੇਵਾ ਕਰਨ ਵਾਲੇ ਰਾਜ ਮਜ਼ਦੂਰ ਮਿਸਤਰੀ ਵੀ ਲੱਗੇ ਹੋਏ ਸਨ ਆਪਣਿਆਂ ਵਿੱਚੋਂ ਸ੍ਰੀ ਰਾਮਦਾਸ ਜੀ ਜੋ ਸ੍ਰੀ ਗੁਰੂ ਜੀ ਦੇ ਜਮਾਤਾ ਜੀ ਸਨ ਸਭ ਤੋਂ ਵੱਧ ਕਾਰਜ ਵਿੱਚ ਲੱਗੇ ਰਹਿੰਦੇ ਸਨ ਸ੍ਰੀ ਰਾਮਦਾਸ ਜੀ ਹੋਰ ਇੱਕ ਕਾਰਜ ਦੀ ਸਰਕਰਦੀ ਤੇ ਇੰਤਜ਼ਾਮ ਵੀ ਕਰਦੇ ਸੇ ਪਰ ਕਦੇ ਪ੍ਰੇਮ ਵਿੱਚ ਮਗਨ ਹੋਏ ਟੋਕਰੀ ਵੀ ਆਪ ਫੜ ਲੈਂਦੇ ਸਨ ਲਿਖਿਆ ਹੈ ਕਿ ਆਪ ਇਕਵਰੀ ਸੇਵਾ ਵਿੱਚ ਮਗਨ ਟੋਕਰੀ ਟੋਰੇ ਸਨ ਕਿ ਲਾਹੌਰੋਂ ਸ਼ਰੀਕੇ ਦੇ ਕੁਝ ਸਜਣ ਆ ਗਏ ਉਹਨਾਂ ਨੂੰ ਮੰਦਾ ਲੱਗਾ ਕਿ ਖਤਰੀ ਵਾਂਸ ਹੋ ਕੇ ਸਾਡਾ ਭਾਈ ਸੌਰੇ ਕਰ ਐਸੀ ਨੀਵਾਕਾਰ ਕਰ ਰਿਹਾ ਹੈ ਉਹ ਵਰਡ ਕੇ ਭਰੇ ਪੀਤੇ ਸ੍ਰੀ ਗੁਰੂ ਜੀ ਪਾਸ ਗਏ ਤੇ ਮਿੱਠੇ ਤਰੀਕੇ ਨਾਲ ਉਲਾਮਬਾ ਦਿੱਤਾ ਸੁਣ ਕੇ ਸ੍ਰੀ ਗੁਰੂ ਜੀ ਮੁਸਕਰਾਏ ਤੇ ਕਹਿਣ ਲੱਗੇ ਭਾਈ RAMDAS ਨੇ ਸਿਰ ਮਿੱਟੀ ਦੀ ਟੋਕਰੀ ਨਹੀਂ ਚਾਹੀ ਦੀਨ ਦੁਨੀ ਦਾ ਛਤਰ ਚਾਇਆ ਹੈ ਪਰ ਉਹ ਮਾਇਆ ਪ੍ਰੇਮੀ ਨਾ ਸਮਝ ਸਕੇ ਮੁਸਕਰਾ ਕੇ ਵਿਦਾ ਹੋ ਗਏ ਇਸ ਪ੍ਰਕਾਰ ਬਾਵਲੀ ਦੀ ਕਾਰ ਜਾਰੀ ਰਹੀ ਸ੍ਰੀ ਗੁਰੂ ਜੀ ਆਪ ਕਿਸੇ ਵੇਲੇ ਜਾ ਖੜਾਉਂਦੇ ਤੇ ਸੇਵਾ ਭਾਵ ਦੇਖਦੇ ਤੇ ਸ਼ੁਭ ਮਤਾਂ ਦੇ ਆਉਂਦੇ ਸ੍ਰੀ ਰਾਮਦਾਸ ਜੀ ਦੀ ਕਾਲ ਤਾਂ ਸਭ ਕਿਸੇ ਨੂੰ ਦਿਸਦੀ ਸੀ ਪਰ ਉਹਨਾਂ ਦੇ ਰਿਦੇ ਦੀ ਪ੍ਰੀਤ ਤੇ ਗੁਰੂ ਕੀ ਖੁਸ਼ੀ ਵਿੱਚ ਆਪ ਨੂੰ ਚੜਿਆ ਅੰਦਰ ਦਾ ਚਾਉ ਕੇਵਲ ਸਤਗੁਰੂ ਜੀ ਨੂੰ ਹੀ ਦਿਸਦਾ ਸੀ ਜਿਸ ਦੀ ਪ੍ਰਤੀਤਿ ਨੂੰ ਭਗਤ ਵਛਲਤਾ ਦੇ ਰੰਗ ਵਿੱਚ ਆਪੇ ਹੀ ਸਿਆਣ ਦੇ ਅਤੇ ਮਾਨਦੇ ਸਨ ਗੁਰੂ ਰੂਪਿਆਰੀ ਸਾਧ ਸੰਗਤ ਜੀ ਇਸ ਲਿਖਤ ਦਾ ਅਗਲਾ ਹਿਸਾਬ ਜੀ ਨੂੰ ਅੱਗੇ ਪੜ੍ਹ ਕੇ ਸਰਵਣ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ